ਬਾਦਲ ਪਰਿਵਾਰ ਨੂੰ ਅੱਗੇ ਲਿਆਉਣਾ ਸੱਪ ਨੂੰ ਦੁੱਧ ਪਿਆਉਣ ਦੇ ਬਰਾਬਰ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਪਿੰਡ ਰੰਧਾਵਾ ਵਿਖੇ IGPC ਮੈਂਬਰ ਬਾਬਾ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਪੰਥਕ ਅਕਾਲੀ ਲਹਿਰ ਨੂੰ ਮਜ਼ਬੂਤ ਕਰਨ ਲਈ ਰੱਖੇ ਇੱਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਨ ਮੌਕੇ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਮੁੱਖ ਮਕਸਦ ਕੌਮ ਨੂੰ ਬਰਬਾਦ ਕਰਨ ਵਾਲੇ ਬਾਦਲ ਪਰਿਵਾਰ ਤੋਂ ਅਕਾਲੀ ਦਲ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਬੰਧਕ ਕਮੇਟੀ ਨੂੰ ਛੁਡਾ ਕੇ ਪੰਥ ਦੇ ਸਪੁਰਦ ਕਰਨਾ ਹੈ। ਇਹਦੇ ਸਮਾਗਮ ਬਾਰੇ ਅਸੀਂ ਪੰਥਕ ਅਕਾਲੀ ਲਹਿਰ ਲਈ ਸਮਰਥਨ ਜਟਾਉਣ ਲਈ ਵੋਟਰ ਅਤੇ ਸਪੋਟਰ ਆਪਣੇ ਨਾਲ ਸਜਾਉਣ ਲਈ ਅਕਾਲੀ ਪੰਥਕ ਲਹਿਰ ਨੂੰ ਤਕੜਾ ਅਤੇ ਮਜ਼ਬੂਤ ਕਰਨ ਲਈ ਇਹ ਪਿੰਡੋ ਪਿੰਡ ਜਿਹੜੀ ਅਸੀਂ ਮੁਹਿੰਮ ਛੇੜੀ ਆ ਉਸ ਲਹਿਰ ਉਸ ਮੁਹਿੰਮ ਦੇ ਤੌਰ 'ਤੇ ਅਸੀਂ ਇਸ ਰੰਧਾਵਾ ਪਿੰਡ ਦੇ ਵਿੱਚ ਬਾਬਾ ਸੰਤ ਬਾਬਾ ਹਰੀ ਸਿੰਘ ਰੰਧਾਵਾ ਵਾਲਿਆਂ ਨੇ ਇਹ ਅਰੇਂਜ ਕੀਤੀ ਸੀ, ਉਹਨੂੰ ਅੱਜ ਅਟੈਂਡ ਕਰਨ ਆਏ ਹਾਂ। ਅਤੇ ਇਹਦਾ ਮਕਸਦ ਇਹੀ ਹੈ ਕਿ ਅਸੀਂ ਜਿਹੜਾ ਸਾਡੀ ਕੌਮ ਦਾ ਬੇੜਾ ਗਰਕ ਕਰਨ ਵਾਲਾ ਪਰਿਵਾਰ ਆ ਪ੍ਰਕਾਸ਼ ਸਿੰਘ ਬਾਦਲ, ਉਹਦੇ ਤੋਂ ਅਕਾਲੀ ਦਲ, ਪੰਥਕ ਅਕਾਲੀ ਦਲ, ਅਕਾਲ ਤਖ਼ਤ ਸਾਹਿਬ, ਪ੍ਰਬੰਧਕ ਕਮੇਟੀ ਨੂੰ ਉਹਦੇ ਪੰਜੇ 'ਚੋਂ ਛੁਡਾਉਣ ਲਈ ਅਤੇ ਪੰਥ ਦੇ ਸਪੁਰਦ ਕਰਨ ਲਈ ਇਹ ਬੀੜਾ ਚੁੱਕਿਆ। ਅਤੇ ਇਹਦੇ ਲਈ ਅਸੀਂ ਹਰੇਕ ਸਿੱਖ ਤੋਂ ਸਪੋਰਟ ਮੰਗ ਰਹੇ ਹਾਂ ਜਿਹੜਾ ਗੁਰੂ ਨਾਨਕ ਦੇ ਦਰਘਰ ਵਿੱਚ ਪੈਦਾ ਹੋਇਆ। ਇਹ ਕਿੰਨੇ ਪਿੰਡ ਹੁਣ ਤੱਕ ਕਵਰ ਕਰ ਚੁੱਕੇ? ਅਸੀਂ ਸੈਂਕੜੇ ਪਿੰਡ ਕਰ ਲਿਆ ਜੀ ਅਤੇ ਗਾਂਹ ਕਰੀ ਜਾਣੇ ਆ ਜਦੋਂ ਤੱਕ ਮੌਕਾ ਮਿਲਿਆ। ਦੇਖੋ ਇਹਨਾਂ ਦਾ ਫੀਚਰ ਜਿਹੜਾ ਨਾ ਜੀ ਇਹ ਬਾਦਲ ਨਾਲ ਤਾਂ ਚੰਗਾ ਹੀ ਆ। ਅਸੀਂ ਮੈਂ ਗੱਲ ਚੰਗਾ ਸਗਨ ਸਮਝਦਾ ਕਿ ਅਕਾਲੀ ਦਲ ਨੂੰ ਬਚਾਉਣ ਲਈ ਜੇ ਬਾਦਲ ਪਰਿਵਾਰ ਨੂੰ ਹੀ ਮੱਥਾ ਟੇਕਦਾ ਰਿਹਾ ਹਰੇਕ ਆਦਮੀ ਤਾਂ ਫਿਰ ਚੇਂਜ ਨਹੀਂ ਆ ਸਕਦਾ। ਤੋ ਚੇਂਜ ਲਿਆਉਣ ਲਈ ਜਿਹੜਾ ਵੀ ਬ੍ਰਹਮਪੁਰਾ ਸਾਹਿਬ ਨੇ ਜਾਂ ਹੋਰ ਲੀਡਰਾਂ ਨੇ ਕਦਮ ਚੁੱਕਿਆ ਉਹ ਮੁਬਾਰਕ ਹੈ, ਭਾਵੇਂ ਸਫਲਤਾ ਘੱਟ ਮਿਲੇ ਲੇਕਿਨ ਲੋਕਾਂ ਨੂੰ ਰਾਹ ਮਿਲਦਾ ਅਤੇ ਇੱਕ ਮੁਕਾਮ ਮਿਲਦਾ ਦੂਸਰਾ ਜਿੱਥੇ ਉਹ ਜਾ ਕੇ ਖਲੋ ਸਕਣ। ਕੋਈ ਯੋਗਦਾਨ ਨਹੀਂ ਹੋਊਗਾ। ਅਸੀਂ ਰਾਜਨੀਤਿਕ ਆਦਮੀਆਂ ਤੋਂ, ਰਾਜਨੀਤਿਕ ਲੀਡਰਾਂ ਤੋਂ, ਰਾਜਨੀਤਿਕ ਪਾਰਟੀਆਂ ਤੋਂ ਇਹ ਆਸ ਰੱਖਦੇ ਹਾਂ ਕਿ ਹਰੇਕ ਪਾਰਟੀ ਦੇ ਵਿੱਚ ਸਿੱਖ ਮੌਜੂਦ ਨੇ ਤੋ ਹਰੇਕ ਸਿੱਖ ਗੁਰੂ ਨਾਨਕ ਸਾਹਿਬ ਦਾ ਆਪਣੇ ਆਪ ਨੂੰ ਸਿੱਖ ਹੋਣ ਕਰਕੇ ਆਪਣੇ ਧਰਮ ਦੀ ਧੁਜਾ ਨੂੰ ਬਲਵਾਨ ਕਰਨ ਲਈ ਸਾਡਾ ਸਾਥ ਦੇਵੇ। ਨਾ ਜੀ ਨਾ ਰਾਸੀ ਨਾ, ਇਹ ਲੋਕਾਂ ਨੂੰ ਪਤਾ ਹੀ ਨਹੀਂ, ਉਹਦੀਆਂ ਜੜ੍ਹਾਂ ਤਾਂ ਕਮੇਟੀ 'ਚ ਨੇ। ਕਮੇਟੀ ਸਾਨੂੰ ਲੈਣ ਦਿਓ, ਮੁੜ ਕੇ ਉੱਗ ਗਿਆ ਕਿਤੇ ਤਾਂ ਕਹਿ ਦਿਓ। ਤੁਸੀਂ ਇਲੈਕਸ਼ਨ ਵਿੱਚ ਪ੍ਰਭਾਵਿਤ ਕਰੋਗੇ ਜੀ ਬਾਦਲ? ਪ੍ਰਬੰਧਕ ਕਮੇਟੀ, ਪ੍ਰਬੰਧਕ ਕਮੇਟੀ ਲੋਕ ਸਭਾ ਦੇ ਵਿੱਚ ਕੋਈ? ਦੇਖੋ ਜੀ ਨਹੀਂ, ਲੋਕ ਸਭਾ ਦੇ ਵਿੱਚ ਅਸੀਂ ਇੱਥੇ ਹੁਣੇ ਹੱਥ ਜੋੜ ਕੇ ਹਟੇ ਕਿ ਇਸ ਬੰਦੇ ਨੂੰ ਤਾਕਤ ਨਾ ਦਿਓ। ਠੀਕ ਹੈ ਜੀ, ਜਿੱਦਣ ਖੂਹ 'ਚ ਪਾ ਦਿਓ ਵੋਟ, ਇਸ ਬੰਦੇ ਨੂੰ ਨਾ ਦਿਓ। ਮੇਰੇ ਲਈ ਸਾਰੀਆਂ ਚੰਗੀਆਂ, ਬਾਦਲ ਨੂੰ ਛੱਡ ਕੇ ਸਾਰੀਆਂ ਚੰਗੀਆਂ। ਬਾਦਲ ਨੂੰ ਸਪੋਰਟ ਦੇਣੀ ਸੱਪ ਨੂੰ ਦੁੱਧ ਪਿਆਉਣ ਵਾਲਾ ਕੰਮ ਹੋ। ਜਿਹੜਾ ਸਿੱਖਾਂ ਘਰ ਜੰਮਿਆ ਮੈਨੂੰ ਉਹਦੀ ਮੈਂ ਉਹਨੂੰ ਅਪੀਲ ਕਰਦਾ ਹੱਥ ਜੋੜ ਕੇ ਕਿ ਦਸਮ ਪਾਤਸ਼ਾਹ ਦੇ ਪ੍ਰਾਣਾਂ ਤੋਂ ਪਿਆਰੇ ਖਾਲਸਾ ਧਰਮ ਨੂੰ ਬਚਾਉਣਾ ਅਤੇ ਇਸ ਪਾਪੀ ਅਤੇ ਪਖੰਡੀ ਅਤੇ ਦੰਭੀ ਅਤੇ ਲਾਲਚੀ ਪਰਿਵਾਰ ਤੋਂ ਨਜ਼ਾਤ ਪਾਓ। ਉਹਦੇ ਲਈ ਇਹ ਜ਼ਰੂਰੀ ਆ ਕਿ ਕਿਸੇ ਵੀ ਪ੍ਰਬੰਧਕ ਕਮੇਟੀ ਦੇ ਵਿੱਚ ਇਹਦਾ ਗਲਬਾ, ਉਹਦੇ ਕਰਕੇ ਇਹ ਪੰਥਕ ਖੋਣ ਡਿਆ ਅਤੇ ਜਾਂ ਜੁੜਿਆ ਹੋਇਆ। ਪਰ ਜਿਹੜੀ ਵੀ ਇਲੈਕਸ਼ਨ ਆਵੇ ਉਹਦੇ ਵਿੱਚ ਇਹਨੂੰ ਨੱਕ ਨਾ ਪਾਣੀ ਪਿਆਓ।